ਸਟਾਫ ਮੈਨੂੰ ਹਦਾਇਤਾਂ ਹੋਈ ਹੈ ਕਿ ਮੈਂ ਆਪ ਦਾਨ ਧਿਆਨ ਸਰਕਾਰੀ ਕਰਮਚਾਰੀ ਆਚਰਣ ਨੀਮਾ ਵੱਲੇ ਵੱਲ ਦਵਾਮਾ ਜਿਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਕੋਈ ਵੀ ਕਰਮਚਾਰੀ ਸੇਵਾ ਮਾਮਲਿਆਂ ਦੇ ਸੰਬੰਧ ਵਿੱਚ ਉਹਨਾਂ ਦੇ ਕੇਸ ਨੂੰ ਪੇਸ਼ ਕੀਤੇ ਜਾਣ ਲਈ ਸੰਸਦ ਦੇ ਮੈਂਬਰਾਂ ਜਾਂ ਰਾਜ ਵਿਧਾਨ ਸਭਾ ਦੇ ਮੈਂਬਰਾਂ ਜਾਂ ਹੋਰ ਸਿਆਸੀ ਜਾਂ ਬਾਹਰਲੇ ਅਧਿਕਾਰੀਆਂ ਤੱਕ ਪਹੁੰਚ ਨਹੀਂ ਕਰਨਗੇ ਡੰਡੀ ਸਰਕਾਰ ਦੇ ਤਾਜ਼ਾ ਗਸ਼ਤੀ ਪੱਤਰ ਵਿੱਚ ਦਰਜ ਹਦਾਇਤਾਂ ਅਨੁਸਾਰ ਅਜਿਹੇ ਕਰਮਚਾਰੀਆਂ ਦੇ ਖਿਲਾਫ ਸਮਰੱਥਨ ਅਨੁਸ਼ਾਸਨੀ ਅਧਿਕਾਰੀ ਦੁਆਰਾ ਆਚਰਣ ਨਿਯਮਾਂ ਦੇ ਉਪਬੰਧ ਉਪਰੋਕਤ ਉਪਬੰਧਾਂ ਦੇ ਪਹਿਲੀ ਵਾਰ ਉਲੰਘਣਾ ਕਰਨ ਵਾਲੇ ਸਰਕਾਰੀ ਕਰਮਚਾਰੀ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੀਆਂ ਸੇਵਾ ਸ਼ਰਤਾਂ ਵਿੱਚ ਸੰਬੰਧਿਤ ਮਾਮਲਿਆਂ ਬਾਰੇ ਆਪਣੇ ਹਿੱਤਾਂ ਦੀ ਪੂrti ਲਈ ਸੰਸਦ ਦੇ ਜਾਂ ਰਾਜ ਵਿਧਾਨ ਮੰਡਲ ਦੇ ਮੈਂਬਰਾਂ ਸਹਿਬਾਨ ਤੱਕ ਪਹੁੰਚ ਕਰਨਾ ਤੋਂ ਸੰਕੋਚ ਕਰਨਾ ਪਰ ਇਸ ਸਲਾਹ ਦੀ ਨਕਲ ਬੰਦਤੈ ਕਰਮਚਾਰੀ ਦੀ ਗੁਪਤ ਪੱਤਰੀ ਵਿੱਚ ਰੱਖਣ ਦੀ ਲੋੜ ਨਹੀਂ ਡੰਡਿੰਗ ਪਹਿਲੇ ਵਾਰ ਸਲਾਹ ਦਿੱਤੇ ਜਾਣਦੇ باوجود ਵੀ ਜੇਕਰ ਕੋਈ ਸਰਕਾਰੀ ਕਰਮਚਾਰੀ ਆਚਰਣ ਨਿਯਮ ਦੇ ਲੋਗਤਾਂ ਉਪਬੰਧਾਂ ਦੇ ਦੂਜੀ ਵਾਰ ਹੈ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਮਰੱਥ ਅਨੁਸ਼ਾਸਨੀ ਅਧਿਕਾਰੀ ਦੁਆਰਾ ਉਸ ਨੂੰ ਲਿਖਤੀ ਚੇਤਾਵਨੀ ਜਾਰੀ ਕੀਤੀ ਜਾਵੇ ਅਤੇ ਉਸ ਦੀ ਕਾਪੀ ਕਰਮਚਾਰੀ ਦੀ ਸੇਵਾ ਪੱत्री ਵਿੱਚ ਰੱਖੀ ਜਾਵੇ ਡੰਡਿੰ ਜੇਕਰ ਅਜੇਹਾ ਕਰਮਚਾਰੀ ਵਕਤਾਂ ਚੇਤਾਵਨੀ ਜਾਰੀ ਕਰਨ ਦੇ باوجود ਆਚਰਣ ਨਿਯਮਾਂ ਦੇ ਉਪਰੋਕਤ ਉਪਬੰਧਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸਵਾਵਾ ਦੰਡ ਤੇ ਅਪੀਲ ਨਿਯਮਬਲੀ ਦੇ ਤਹਿਤ ਸਮਰੱਥ ਅਨੁਸ਼ਾਸਨੀ ਅਧਿਕਾਰੀ ਦੁਆਰਾ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਡੰਡੀ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਵਿਅਕਤੀਗਤ ਸਰਕਾਰੀ ਕਰਮ ਚਾਰੀਆਂ ਦੇ ਮਾਮਲਿਆਂ ਬਾਰੇ ਪਬਲਿਕ ਨੂੰ ਨਮੁੰਦਿਆਂ ਜਾਂ ਬਾਹਰਲੇ ਅਧਿਕਾਰੀਆਂ ਵੱਲੋਂ ਸਫਾਰਸ਼ੀ ਪੱਤਰ ਪ੍ਰਾਪਤ ਹੋ ਰਹੇ ਹਨ ਡੰਡੀ ਭਾਰਤ ਸਰਕਾਰ ਨੂੰ ਪ੍ਰਚਲਿਤ ਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕਰਮਚਾਰੀਆਂ ਦੇ ਸਿਵਾਵਾਂ ਸੰਬੰਧੀ ਮਾਮਲਿਆਂ ਬਾਰੇ ਪਬਲਿਕ ਨਮੁੰਦਿਆਂ ਜਾਂ ਬਾਹਰਲੇ ਅਧਿਕਾਰੀਆਂ ਪਾਸੋਂ ਪ੍ਰਾਪਤ ਹੋਣ ਵਾਲੇ ਚਿੱਠੀ ਪੱਤਰਾਂ ਦਾ ਨਿਬਟਾਰਾ ਸਮਾਂਬੱਧ ਆਧਾਰ ਤੇ ਨਿਪਟਾਇਆ ਜਾਵੇ ਡੰਡੀ ਅਜਿਹੇ ਸਮੂਹ ਮਾਮਲਿਆਂ ਦੀ ਕੋਖ ਕਰਨ ਉਪਰੰਤ ਮੰਤਰੀ ਜੀ ਦੇ ਪੱਧਰ ਤੇ ਮناسب ਜਵਾਬ ਦਿੱਤੇ ਜਾਣ ਡੰਡੀ ਜਿੱਥੇ ਕੋਈ ਪਬਲਿਕ ਨਮੁੰਦਾ ਕਿਸੇ ਵਿਅਕਤੀਗਤ ਸਰਕਾਰੀ ਕਰਮਚਾਰੀ ਦੀ ਭਰਤੀ ਨਿਯੁਕਤੀ ਪ੍ਰਤੀਕੋਲ ਕਥਨਾ ਨੂੰ ਖਾਰਜ ਕਰਨਾ ਜਾਂ ਸਰਕਾਰੀ ਰਹਿਸ਼ੇ ਦੇ ਅਲਾਟਮੈਂਟ ਬਾਰੇ ਸਫਾਰਸ਼ੀ ਚਿੱਠੀ ਲਿਖ ਕੇ ਭੇਜਦਾ ਹੈ ਉਸ ਸੂਰਤ ਵਿੱਚ ਸਬੰਧਤ ਮੰਤਰੀ ਵੱਲੋਂ ਪੱਤਰ ਦੀ ਪਹੁੰਚ ਭੇਜਦਿਆਂ ਇਹ ਰਸਮੀ ਜਵਾਬ ਭੇਜਿਆ ਜਾਵੇ ਕਿ ਪੱਤਰ ਦਾ ਵਿਸ਼ਾ ਵਸਤੂ ਨੋਟ ਕਰ ਲਿਆ ਗਿਆ ਹੈ ਪਰ ਸਫਾਰਸ਼ੀ ਦੀ ਪ੍ਰਤੀ ਬੇਨਤੀ ਯੋਗ ਪ੍ਰਣਾਲੀ ਰਾਹੀਂ ਭੇਜਣ ਦੀ ਸਲਾਹ ਦਿੱਤੀ ਜਾਵੇ ਡੰਡੀ ਬੇਨਤੀ ਹੈ ਕਿ ਉਪਰੋਕਤ ਹਦਾਇਤਾਂ ਆਪਣੇ ਅਧੀਨ ਕਰਮਚਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤੀਆਂ ਜਾਣ ਡੰਡੀ